ਸਟੇਬਲ ਹੋਣਾ ਚਾਹੀਦਾ। ਜ਼ਿੰਦਗੀ ਬੜੀ ਜਲਦੀ ਬਦਲਦੀ ਹੈ। 27 ਸਾਲ ਦੀ ਉਮਰ ਨੂੰ ਪਹਿਲੇ ਵੀ ਜ਼ਿਕਰ ਕਰਕੇ ਹਟੇ ਆ। ਪਹਿਲਾਂ ਕਿਤੇ ਆਪਣੇ ਯਾਰਾਂ ਦੋਸਤਾਂ ਦੇ ਨਾਲ ਰੇਲ ਗੱਡੀ 'ਚ ਬੈਠ ਕੇ ਸਟੂਡੀਓ ਜਾਂਦੇ ਹੋਗੇ, ਬੱਸਾਂ 'ਚ ਜਾਂਦੇ ਹੋਗੇ, ਯਕਦਮ ਨਵਜੋਤ ਸਿੰਘ ਸਿੱਧੂ, ਰਾਜਾ ਵੜਿੰਗ ਜੀ, ਹੋਰ ਤਮਾਮ ਲੀਡਰਸ਼ਿਪ ਤੁਹਾਨੂੰ ਹਵਾਈ ਜਹਾਜ਼ 'ਚ ਬਿਠਾ ਕੇ ਰਾਹੁਲ ਗਾਂਧੀ ਹੋਰਾਂ ਦੇ ਨਿਵਾਸ 'ਤੇ ਲੈ ਕੇ ਜਾਂਦੀ ਹੈ। ਚੀਜ਼ਾਂ ਬਦਲ ਗਈਆਂ। ਪਤਾ ਗੱਲ ਕੀ ਹੈ, ਜਹਾਜ਼ 'ਚ ਮੈਂ ਪਹਿਲੀ ਵਾਰੀ ਕੋਈ ਨਹੀਂ ਬੈਠਿਆ, ਹੈ ਨਾ, ਪਰ ਇਹ ਗੱਲ ਹੈ ਵੀ ਜ਼ਿੰਦਗੀ ਦੇ ਨਵੇਂ ਖੇਤਰ ਦੇ ਵਿੱਚ ਇੱਕ ਨਵੀਂ ਪਾਰੀ ਸ਼ੁਰੂ ਕੀਤੀ ਹੈ ਨਾ, ਉਸ ਚੀਜ਼ ਦੀ ਚਲੋ ਹੁੰਦਾ ਹੀ ਆ ਨਾ, ਨਰਵਸਨੈਸ ਪਹਿਲੀ ਦਿਨ ਹੁੰਦੀ। ਮੈਂ ਪਹਿਲੀ ਵਾਰ ਬੈਠੇ ਤੋਂ ਧੌਣ ਕਦੋਂ ਨੀਚੇ ਕੀਤੀ ਹੋਈ ਸੀ। ਮੈਂ ਧੌਣ ਨੀਚੇ ਕਰਨ ਦਾ ਮਤਲਬ ਇਹ ਨਹੀਂ ਵੀ ਮੇਰਾ ਮੋਰਾਲ ਡਾਊਨ ਆ, ਧੌਣ ਨੀਚੇ ਕਰਨ ਦਾ ਮਤਲਬ ਇਹ ਸੀਗਾ ਵੀ ਮੇਰੇ ਦਿਮਾਗ ਦੇ ਵਿੱਚ ਕਾਫੀ ਕੁਛ ਚੱਲ ਰਿਹਾ ਸੀ। ਕੀ ਚੱਲ ਰਿਹਾ ਸੀ ਹੈ ਨਾ ਮੇਰੇ ਦਿਮਾਗ ਵਿੱਚ ਸਾਰੀਆਂ ਗੱਲਾਂ, ਵੀ ਜੋ ਇੱਕ ਵਾਰੀ ਪਹਿਲੀ ਵਾਰੀ ਆਪਾਂ ਜਦੋਂ ਕੁਛ ਸ਼ੁਰੂ ਕਰਨ ਜਾ ਰਹੇ ਹੁੰਦੇ ਉਦੋਂ ਤੁਹਾਨੂੰ ਹੁੰਦੀ ਹੈ ਨਾ ਵੀ ਘਬਰਾਹਟ ਸੀ ਕਿ ਵੀ ਹਾਂ ਕੀ ਕਰਨਾ ਅੱਗੇ, ਕੀ ਸੋ ਕੀ ਕਰਾਂਗੇ, ਕਿਵੇਂ ਕਿਵੇਂ ਕਰਾਂਗੇ ਸਾਰਾ ਕੁਛ। ਪਰ ਉਹ ਜਦੋਂ ਜਦੋਂ ਤੁਸੀਂ ਉਸ ਚੀਜ਼ ਦੇ ਵਿੱਚ ਐਂਟਰ ਹੁੰਦੇ ਹੋ ਤਾਂ ਸਾਰੀਆਂ ਚੀਜ਼ਾਂ ਤੁਹਾਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਬਹੁਤ ਵੱਡੀ ਚੀਜ਼ ਹੈ।